ਸਭ ਤੋਂ ਪਹਿਲਾਂ ਵੀਡੀਓ ਅਲਰਟ ਦੇਖ ਰਹੇ ਸਾਰੇ ਦੋਸਤਾਂ ਦਾ ਬਹੁਤ-ਬਹੁਤ ਸਵਾਗਤ ਹੈ ਤਾਂ ਦੋਸਤੋ ਅਸੀਂ ਹਮੇਸ਼ਾ ਦੀ ਤਰ੍ਹਾਂ ਤੁਹਾਡੇ ਲਈ ਕਬੱਡੀ ਨਾਲ ਜੁੜੀਆਂ ਨਵੀਆਂ-ਨਵੀਆਂ ਅਪਡੇਟਸ ਲੈ ਕੇ ਆਉਂਦੇ ਰਹਨੇ ਆ ਤਾਂ ਦੋਸਤੋ ਅੱਜ ਤੁਹਾਨੂੰ ਇਸ ਵੀਡੀਓ ਦੇ ਵਿੱਚ ਦੱਸਾਂਗੇ ਕਿ ਜੋ ਖੁਸ਼ੀ ਦੁੱਗਾ ਤੇ ਹਮਲਾ ਹੋਇਆ ਸੀ ਤਾਂ ਉਸ ਨੂੰ ਲੈ ਕੇ ਕਬੱਡੀ ਦੇ ਕਈ ਵੱਡੇ-ਵੱਡੇ ਸੁਪਰਸਟਾਰ ਜਿਵੇਂ ਕਿ ਸੁਲਤਾਨ ਸਮਸਪੁਰ ਸੰਦੀਪ ਨੰਗਲੰਬੀਆਂ ਮੱਟ ਸ਼ੇਰੂਆਲਾ ਤੇ ਹੋਰ ਵੀ ਕਈ ਵੱਡੇ ਪਲੇਅਰਾਂ ਨੇ ਇਸ ਦੀ ਸਖਤ ਸ਼ਬਦਾਂ ਦੇ ਵਿੱਚ ਨਿੰਦਿਆ ਕੀਤੀ ਸੀ ਤਾ ਜੋ ਦੋਸਤੋ ਅੱਜ ਤੁਹਾਨੂੰ ਦੱਸਦੇ ਹਾਂ ਕਿ ਸੰਦੀਪ ਨੰਗਲੰਬੀਆਂ ਨੇ ਜੋ ਖੁਸ਼ੀ ਦੁਗਾਂ ਨਾਲ ਇਹ ਘਟਨਾ ਵਾਪਰੀ ਉਸ ਦੇ ਬਾਰੇ ਕੀ ਕਿਹਾ ਤੇ ਤੁਸੀਂ ਇਸ ਵੀਡੀਓ ਨੂੰ ਲਾਸਟ ਤੱਕ ਜਰੂਰ ਦੇਖਦੇ ਰਹੋ ਤੇ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਤੁਸੀਂ ਜਲਦੀ ਜਲਦੀ ਇਸ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਤੇ ਸ਼ੇਅਰ ਜਰੂਰ ਕਰ ਦਿਓ ਤੇ ਨਾਲ ਇੱਕ ਛੋਟੀ ਜਿਹੀ ਰਿਕਵੈਸਟ ਹੈ ਜੇ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਇਓ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਤੇ ਨਾਲ ਬਣੇ ਬੈਲ ਨੂੰ ਵੀ ਜਰੂਰ ਦਬਾ ਦਿਓ ਜਿਸ ਨਾਲ ਤੁਹਾਨੂੰ ਆਉਣ ਵਾਲੀਆਂ ਇਸੇ ਤਰ੍ਹਾਂ ਦੀਆਂ ਨਵੀਆਂ-ਨਵੀਆਂ ਵੀਡੀਓਜ਼ ਦਾ ਨੋਟੀਫਿਕੇਸ਼ਨ ਮਿਲਦਾ ਰਹੂਗਾ ਤਾਂ ਜੋ ਦੋਸਤੋ ਦੇਖ ਰਹੇ ਕਿ ਸੰਦੀਪ ਨੰਗਲੰਬੀਆਂ ਨੇ ਖੁਸ਼ੀ ਦੁੱਗਾ ਬਾਰੇ ਆਪਣੇ ਸੋਸ਼ਲ ਮੀਡੀਆ ਪੇਜ ਤੇ ਇੱਕ ਪੋਸਟ ਪਾਈ ਹੈ ਜਿਸ ਦੇ ਵਿੱਚ ਸੰਦੀਪ ਨੰਗਲੰਬੀਆਂ ਨੇ ਲਿਖਿਆ ਕਿ ਖੁਸ਼ੀ ਦੁੱਗਾ ਜਿੰਨਾ ਵਧੀਆ ਪਲੇਅਰ ਹੈ ਉਹਨਾ ਵਧੀਆ ਇਨਸਾਨ ਹੈ ਪਰ ਅੱਜ ਲੋਕਾਂ ਨੇ ਬਹੁਤ ਮਾੜੀ ਗੱਲ ਕੀਤੀ ਇੰਟਰਨੈਸ਼ਨਲ ਪਲੇਅਰ ਹੋਵੇ ਐਦਾਂ ਕਰਨਾ ਲੋਕਾਂ ਦੀ ਬਹੁਤ ਮਾੜੀ ਗੱਲ ਹੈ ਸਿਰਾ ਬੰਦਾ ਬਾਈ ਖੁਸ਼ੀ ਲਵ ਯੂ ਬ੍ਰੋ ਤੇਰੇ ਨਾਲ ਆ ਅਸੀਂ ਉਸ ਤੋਂ ਬਾਅਦ ਲਿਖਿਆ ਖੁਸ਼ੀ ਦਾ ਸਭ ਨੂੰ ਪਤਾ ਹੈ ਕਿ ਕਿਹੋ ਜਿਹਾ ਇਨਸਾਨ ਹੈ ਵੀਰੋ ਇਹੋ ਜੀਆਂ ਗਲਤ ਅਫਵਾਹਾਂ ਨਾ ਫਲਾਇਆ ਕਰੋ ਅੱਜ ਇੱਕ ਵੀਡੀਓ ਫੇਸਬੁੱਕ ਵਟਸਐਪ ਤੇ ਵਾਇਰਲ ਹੋਈ ਕਿ ਕਬੱਡੀ ਦਾ ਪ੍ਰਸਿੱਧ ਜਾਫੀ ਖੁਸ਼ੀ ਦੁੱਗਾ ਧਾਰਨਾਕਾਰੀਆਂ ਨਾਲ ਬੈਸਿਆ ਜਾ ਗੱਡੀ ਉੱਪਰ ਚੜਾਉਣ ਦੀ ਕੋਸ਼ਿਸ਼ ਕੀਤੀ ਮੈਂ ਵੀਡੀਓ ਪਾਉਣ ਜਾਂ ਸ਼ੇਅਰ ਕਰਨ ਵਾਲੇ ਪਤਪੁਰਸ਼ਾਂ ਨੂੰ ਪੁੱਛਣਾ ਚਾਹਣਾ ਕਿ ਬਿਨਾਂ ਕਿਸੇ ਗੱਲ ਦੀ ਸਚਾਈ ਜਾਣੇ ਇੱਕ ਪਾਸੜ ਗੱਲ ਨੂੰ ਵਾਇਰਲ ਕਰਕੇ ਕੀ ਸਾਬਤ ਕਰਨਾ ਚਾਹੁੰਦੇ ਹੋ ਅਸਲ ਵਿੱਚ ਗੱਲ ਇਹ ਸੀ ਕਿ ਜਦੋਂ ਧਰਨਾ ਸ਼ੁਰੂ ਹੋ ਰਿਹਾ ਸੀ ਤਾਂ ਖੁਸ਼ੀ ਦੀ ਗੱਡੀ ਵੀ ਆ ਗਈ ਗੱਡੀ ਦਾ ਵਧੀਆ ਜਾਫੀ ਹੋਣ ਕਰਕੇ ਖੁਸ਼ੀ ਦੀ ਪਹਿਚਾਨ ਇਲਾਕੇ ਵਿੱਚ ਹੀ ਨਹੀਂ ਪੂਰੀ ਦੁਨੀਆ ਵਿੱਚ ਹੈ ਕੁਝ ਸਿਆਣੇ ਬੰਦਿਆਂ ਨੇ ਗੱਡੀ ਲੰਘਾਉਣ ਲਈ ਕਿਹਾ ਪਰ ਕੁਝ ਸਰਾਰਤੀ ਅੰਸਰ ਜੋ ਹਰ ਜਗ੍ਹਾ ਹੁੰਦੇ ਨੇ ਉਹਨਾਂ ਨੇ ਗੱਡੀ ਦੇ ਸ਼ੀਸ਼ੇ ਤੋੜਨੇ ਸ਼ੁਰੂ ਕਰ ਦਿੱਤੇ ਤਾਂ ਖੁਸ਼ੀ ਨੇ ਅਤੇ ਸਮਝਦਾਰ ਬੰਦਿਆਂ ਨੇ ਰੋਕਣ ਦੀ ਕੋਸ਼ਿਸ਼ ਕੀਤੀ ਪਰ ਉਹਨਾਂ ਨੇ ਵੀਡੀਓ ਬਣਾ ਕੇ ਆਪ ਹੀ ਬੋਲਣਾ ਸ਼ੁਰੂ ਕਰ ਦਿੱਤਾ ਕਿ ਖੁਸ਼ੀ ਗੱਡੀ ਚੜਾ ਰਿਹਾ ਸੀ ਮੁੰਡੇ ਤੇ ਹੁਣ ਸੋਚਣ ਵਾਲੀ ਗੱਲ ਇਹ ਹੈ ਜਿਸ ਇਨਸਾਨ ਦੀ ਇੰਨੀ ਜ਼ਿਆਦਾ ਫੈਨ ਫੋਲੋ ਹੋਵੇ ਕਿ ਉਹ ਇਸ ਤਰ੍ਹਾਂ ਕਰ ਸਕਦਾ ਹੈ ਕਦੇ ਵੀ ਨਹੀਂ ਖੁਸ਼ੀ ਬਹੁਤ ਹੀ ਬੀਬਾ ਇਨਸਾਨ ਹੈ ਹਰ ਇੱਕ ਨਾਲ ਪਿਆਰ ਨਾਲ ਮਿਲਦਾ ਹੈ ਮੇਰੀ ਬੇਨਤੀ ਹੈ ਸਾਰੇ ਵੀਰਾਂ ਨੂੰ ਕਿ ਕਿਸੇ ਵੀ ਗੱਲ ਦੀ ਅਸਲੀਅਤ ਨੂੰ ਜਾਣੇ ਬਿਨਾ ਐਵੇਂ ਕੋਈ ਵੀ ਵੀਡੀਓ ਜਾਂ ਇਸ ਤਰ੍ਹਾਂ ਦਾ ਕੁਝ ਵੀ ਵਾਇਰਲ ਨਾ ਕਰਿਆ ਕਰੋ ਤੇ ਦੋਸਤੋ ਏ ਸੀ ਸੰਦੀਪ ਨੰਗਲੰਬੀਆ ਨੇ ਜੋ ਪੋਸਟ ਪਾਈ ਹੈ ਖੁਸ਼ੀ ਦੇ ਹੱਕ ਵਿੱਚ ਬਾਕੀ ਤੁਸੀਂ ਦੱਸੋ ਤੁਹਾਨੂੰ ਖੁਸ਼ੀ ਕਿੱਦਾਂ ਦਾ ਪਲੇਅਰ ਲੱਗਦਾ ਹੈ ਜਾਂ ਤੁਸੀਂ ਖੁਸ਼ੀ ਨੂੰ ਮਿਲਿਓ ਕਿੱਦਾਂ ਦਾ ਇਨਸਾਨ ਲੱਗਦਾ ਸਾਨੂੰ ਇਸ ਵੀਡੀਓ ਦੇ ਕਮੈਂਟ ਬਾਕਸ ਵਿੱਚ ਕਮੈਂਟ ਕਰਕੇ ਜਰੂਰ ਦੱਸਿਓ ਖੁਸ਼ੀ ਦੇ ਬਾਰੇ ਤੇ ਇਸ ਵੀਡੀਓ ਦੇ ਵਿੱਚ ਇੰਨਾ ਹੀ ਤਾਂ ਮਿਲਦਿਆਂ ਕਿਸੇ ਨੈਕਸਟ ਵੀਡੀਓ ਦੇ ਵਿੱਚ ਕਿਸੇ ਹੋਰ ਨਵੀਂ ਅਪਡੇਟ ਦੇ ਨਾਲ ਤਦ ਤੱਕ ਲਈ ਧੰਨਵਾਦ